ਟਿੱਡਾ ਪਹਿਲਵਾਨ। ਖੈਰ ਉਸਤਾਦ ਬਾਵਾ, ਅੱਜ ਕਿਆ ਦਿਹਾੜਾ ਵੇ? ਉਸਤਾਦ ਜੀ ਅੱਜ ਜੁਮਾ ਹੈ, ਕਦੇ ਪੜਿਆ ਹੋਵੇ ਤਾਂ ਪਤਾ ਹੋਵੇ ਇਹਨਾਂ। ਤੂੰ ਜਿਹੜਾ ਮਸੱਲਾ ਹਰ ਵੇਲੇ ਮੂੰਡੇ ਪਰ ਰੱਖਿਆ ਹੋਣਾ ਨਾ। ਉਸਤਾਦ ਜੀ ਮਸੱਲਾ ਮੂੰਡੇ ਪਰ ਮੈਂ ਨਹੀਂ ਰੱਖਿਆ, ਪਰ ਜੁਮਾ ਪੜਨ ਦਾ ਖਿਆਲ ਤਾਂ ਰੱਖਣਾ ਵਾ ਨਾ ਕਿ ਪੜਨਾ ਚਾਹੀਦਾ। ਹੈਂ, ਵੈਸੇ ਯਾਰਾ ਜੁਮਾ ਪੜਨਾ ਚਾਹੀਦਾ। ਚੱਲ ਫਿਰ ਜੁਮਾ ਪੜਨ ਜੁਲੀਆ, ਚੱਲ ਮੂੰਹ ਮਸੀਤੀ ਵਾਲੇ ਪਾਸੇ। ਚਲੋ ਉਸਤਾਦ ਜੀ। ਪਰ ਨਹੀਂ ਜਰਾ, ਕੀਆ ਅੱਜ ਮਾੜੇ ਕੱਪੜੇ ਨਹੀਂ ਠੀਕ। ਉਸਤਾਦ ਜੀ ਕੀ ਆਇਆ ਤੁਸੀਂ ਕਿ ਮੈਂ ਆਪਣੇ ਕੱਪੜੇ ਚਾਹੀਦੇ ਸਾ? ਮੈਂ ਹੁਣ ਕਹਿ ਕਾ ਅੱਛਾ ਲਾਈ ਤੇ ਗਸਣਾ ਚੰਗਾ ਲੱਗਸਾ? ਉਹ ਗੱਲ ਸੁਣ ਮਾੜੀ, ਜੁਮਾ ਪੜਸਾ ਬੁਧਾਰੇ ਪੜੀ ਕਿੰਨੇ ਆ? ਓਹੋ ਉਸਤਾਦ ਜੀ, ਬੁਧਾਰੇ ਜੁਮਾ ਨਹੀਂ ਪੜੀ ਨਾ, ਜੁਮਾ ਜਿਹੜਾ ਜੁਮੇ ਵਾਲੇ ਦਿਹਾੜਾ ਹੀ ਹੋਣਾ। ਲਾ ਤਾਂ ਫਿਰ ਚੱਲ ਅਗਲੇ ਜੁਮੇ ਜੁਮਾ ਪੜੀ ਕਿੰਸਾ? ਤੇ ਅੱਜ ਕੀ ਤਕਲੀਫ ਹੈ, ਅੱਜ ਕੀ ਮੌਤ ਹੈ? ਅੱਜ ਜਰਾ ਮਾੜੇ ਕੋਲ ਟਾਈਮ ਕੋਈ ਨਹੀਂ, ਮੈਂ ਜਰਾ ਜੁਲਿਆ ਆ ਚਾਚੇ ਦੜਲ ਲੈਣੀਆਂ ਗੱਪਾਂ ਸੁਣਨ। ਇਹੀ ਤੇ ਗੱਲ ਹੈ ਨਾ ਉਸਤਾਦ ਜੀ, ਗੱਪਾਂ ਸੁਣਨੇ ਵਾਸਤੇ ਅਸਾਂ ਕੋਲ ਟਾਈਮ ਥਿਆ, ਪਰ ਨਮਾਜ਼ ਪੜ੍ਹਨੇ ਵਾਸਤੇ ਕੋਈ ਨਹੀਂ। ਹਾਲਾਂਕਿ ਕੰਮ ਕਰਨੇ ਵਾਸਤੇ ਅਸਾਂ ਕੀ ਨਮਾਜ਼ ਨਹੀਂ ਛੋੜਨੀ ਚਾਹੀਦੀ, ਨਮਾਜ਼ ਪੜ੍ਹਨੇ ਵਾਸਤੇ ਅਸਾਂ ਕੀ ਕੰਮ ਛੋੜਨੇ ਚਾਹੀਦੇ ਨੇ।